अज असी पंजवां क्वेश्चन करना, चार तक क्वेश्चन कर ले सी, तीन नंबर दे क्वेश्चन है ये। गरमाउण ते कोई तीन सिद्धांतों का वर्णन करो। सौखे तो औखे वल दा सिद्धांत, ये सिद्धांत गरमाउण दी क्रिया हल्कियां ते सौखियां कसरतां नाल शुरू करनी चाहीदी है। जिवें जिवें शरीर दे तापां ਵਿੱਚ ਵਾਧਾ ਹੁੰਦਾ ਜਾਂਦਾ ਹੈ ਉਵੇਂ ਉਵੇਂ ਖਿਡਾਰੀ ਨੂੰ ਕਸਰਤਾਂ ਦੇ ਭਾਰ ਨੂੰ ਵੀ ਵਧਾਉਣਾ ਚਾਹੀਦਾ ਹੈ। ਮਤਲਬ ਫਿਰ ਔਖੀਆਂ ਐਕਸਰਸਾਈਜ਼ਾਂ ਕਰਨੀਆਂ ਚਾਹੀਦੀਆਂ। ਜੇਕਰ ਖਿਡਾਰੀ ਸ਼ੁਰੂ ਵਿੱਚ ਹੀ ਸਖਤ ਕਸਰਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਵ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਦੂਸਰਾ ਹੈ ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ। ਖਿਡਾਰੀ ਦੇ ਸਰੀਰ ਦੇ ਹਰੇਕ ਅੰਗ ਨਾਲ ਸੰਬੰਧਿਤ ਕਸਰਤਾਂ ਕਰਨੀਆਂ ਚਾਹੀਦੀਆਂ ਹਨ। ਕਈ ਖੇਡਾਂ ਵਿੱਚ ਕੁਝ ਖਾਸ ਅੰਗਾਂ ਦੀ ਵੱਧ ਵਰਤੋਂ ਹੁੰਦੀ ਹੈ, ਪਰ ਖਿਡਾਰੀ ਨੂੰ ਉਹਨਾਂ ਵਿਸ਼ੇਸ਼ ਅੰਗਾਂ ਨੂੰ ਗਰਮਾਉਣ ਤੋਂ ਪਹਿਲਾਂ ਸਾਡੇ ਸਰੀਰ ਨੂੰ ਸਾਰੇ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ। ਆਮ ਗਰਮਾਉਣ ਦੀ ਸਹਾਇਤਾ ਨਾਲ ਖਿਡਾਰੀ ਨੂੰ ਆਪਣੇ ਪੂਰੇ ਸਰੀਰ ਨੂੰ ਗਰਮ ਕਰਨਾ ਚਾਹੀਦਾ ਹੈ। ਤੀਸਰਾ ਹੈਗਾ ਮੌਸਮ ਅਨੁਸਾਰ ਗਰਮਾਉਣਾ, ਅਤੇ ਗਰਮਾਉਣ ਦੀ ਕਿਰਿਆ ਉੱਤੇ ਮੌਸਮ ਦਾ ਬਹੁਤ ਅਸਰ ਪੈਂਦਾ ਹੈ। ਗਰਮੀਆਂ ਦੇ ਮੌਸਮ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਸਰੀਰ ਗਰਮ ਹੋ ਜਾਂਦਾ ਹੈ, ਅਤੇ ਜਦਕਿ ਸਰਦੀਆਂ ਵਿੱਚ ਵੱਧ ਕਸਰਤ ਦੀ ਲੋੜ ਪੈਂਦੀ ਹੈ। ਖਿਡਾਰੀ ਨੂੰ ਮੁਕਾਬਲੇ ਵਾਲੀ ਥਾਂ ਦੇ ਮੌਸਮ ਦੇ ਅਨੁਸਾਰ ਗਰਮਾਉਣ ਦੀ ਕਿਰਿਆ ਵਿੱਚ ਫੇਰ ਬਦਲ ਕਰ ਲੈਣਾ ਚਾਹੀਦਾ ਹੈ। ਤੋ ਇਹ ਸੀਗੇ ਤਿੰਨ ਸਿਧਾਂਤ ਗਰਮਾਉਣ ਦੇ, ਠੀਕ ਹੈ। ਪਹਿਲਾ ਸੀਗਾ ਔਖੇ ਤੋਂ ਸੌਖੇ ਵੱਲ, ਔਖੇ ਤੋਂ ਸੌਖੇ ਵੱਲ ਦਾ ਸਿਧਾਂਤ, ਪਹਿਲਾਂ ਸੌਖੀਆਂ ਕਸਰਤਾਂ ਫਿਰ ਉਸ ਤੋਂ ਬਾਅਦ ਔਖੀਆਂ ਕਸਰਤਾਂ। ਜੇ ਔਖੀਆਂ ਕਸਰਤਾਂ ਪਹਿਲਾਂ ਕਰਦੀ ਹੈ ਤਾਂ ਉਹਦੇ ਸਰੀਰ ਦੇ ਖਿਚਾਅ ਪੈਦਾ ਹੋ ਸਕਦਾ। ਦੂਸਰਾ ਹੈਗਾ ਸਰੀਰ ਦੇ ਸਾਰੇ ਅੰਗਾਂ ਦੀਆਂ ਕਸਰਤਾਂ, ਮਤਲਬ ਪਹਿਲਾਂ ਅਸੀਂ ਸਾਰੇ ਸਰੀਰ ਦੀਆਂ ਕਸਰਤਾਂ ਕਰਨੀਆਂ, ਫਿਰ ਅਸੀਂ ਜਿਹੜੇ ਖੇਡ ਸੰਬੰਧੀ ਜਿਹੜੇ ਅੰਗ ਆ ਉਹਨਾਂ ਦੀਆਂ ਕਸਰਤਾਂ ਜਿਹੜੀਆਂ ਉਹ ਕਰਨੀਆਂ। ਅਤੇ ਇਸ ਤਰ੍ਹਾਂ ਅੱਗੇ ਹੈਗਾ ਮੌਸਮ ਅਨੁਸਾਰ, ਯਾਨੀ ਕਿ ਵਾਰਮਿੰਗ ਅਪ ਅਕੋਰਡਿੰਗ ਟੂ ਦਾ ਕਲਾਈਮੇਟ, ਜਿੱਥੇ ਮੁਕਾਬਲਾ ਹੁੰਦਾ ਹੈ, ਜਿੱਥੇ ਅਸੀਂ ਇਹ ਕਸਰਤਾਂ ਕਰਨੀਆਂ ਜਾਂ ਜਿੱਥੇ ਅਸੀਂ ਗਰਮਾਉਣ ਦੀ ਕਿਰਿਆ ਕਰਨੀ ਆ, ਉੱਥੇ ਦਾ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਤਰ੍ਹਾਂ ਦੀਆਂ ਕਸਰਤਾਂ ਅਸੀਂ ਕਰਨੀਆਂ। ਗਰਮੀਆਂ ਦੇ ਮੌਸਮ ਵਿੱਚ ਥੋੜ੍ਹੇ ਸਮੇਂ ਵਿੱਚ ਸਰੀਰ ਗਰਮ ਹੋ ਜਾਂਦਾ, ਸਰਦੀਆਂ ਵਿੱਚ ਇਹਨੂੰ ਜ਼ਿਆਦਾ ਟਾਈਮ ਲੱਗਦਾ। ਇੱਥੇ ਖਿਡਾਰੀ ਨੂੰ ਮੁਕਾਬਲੇ ਵਾਲੀ ਥਾਂ ਦੇ ਮੌਸਮ ਦੇ ਅਨੁਸਾਰ ਹੀ ਅਸੀਂ ਇਹਦੇ ਵਿੱਚ ਗਰਮਾਉਣ ਦੀ ਕਿਰਿਆ ਦੇ ਵਿੱਚ ਫੇਰ ਬਦਲ ਕਰ ਲੈਣਾ ਚਾਹੀਦਾ ਹੈ। ਸੋ ਇਹ ਸੀਗੇ ਅਤੇ ਬੇਟਾ ਇੱਕ ਕੁਸ਼ਚਨ ਸੀਗਾ, ਕੁਸ਼ਚਨ ਨੰਬਰ 5, ਐਕਸਟਰਾ ਕੁਸ਼ਚਨ ਸੀਗਾ 3 ਨੰਬਰ ਵਾਲਾ। ਓਕੇ, ਥੈਂਕ ਯੂ।